ਸ਼ਤਿ ਸ਼੍ਰੀ ਅਕਾਲ ਜੀ ਮੈਂ ਪ੍ਰਵੀਨ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਜੌਬ ਗੁਰੂ ਪੰਜਾਬ ਦੇ ਵਿੱਚ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਪੰਜਾਬ ETT 635 ਪੋਸਟਾਂ ਬਾਰੇ ਜਿਨ੍ਹਾਂ ਦੀ ਡਾਕੂਮੈਂਟ ਸਿਕਿਉਰਿਟੀ ਨੀ ਜੀ ਹੋਣ ਵਾਲੀ ਹੈ ਜੀ ਕੰਡੀਡੇਟ ਨੂੰ ਤੁਹਾਨੂੰ ਅੱবি ਦੱਸਾਂਗੇ ਉਸ ਤੋਂ ਪਹਿਲਾਂ ਇੱਕ ਗੁਜਾਰਸ਼ ਆਪਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਵੀ ਰਣ ਹਾਲ ਤੱਕ ਸਬਸਕ੍ਰਾਈਬ ਨਹੀਂ ਕਰਿਆ ਜੀ ਚਲੋ ਆਪਾਂ ਚੱਲਦੇ ਹਾਂ ਜੀ ਨੋਟਿਸ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਦਿਖਾ ਦਿੰਨੇ ਆ ਜੀ ਆ ਤੁਸੀਂ ਦੇਖ ਵੀ ਸਕਦੇ ਹੋ ਇਦੇ ਵਿੱਚ ਡਿਟੇਲ ਦਿੱਤੀ ਗਈ ਹੈ ਜੀ ਵੀ 635 ਪੋਸਟਾਂ ਨੇ ਜੀ ਜਿਹੜੇ ਆ ਤੇ 22 ਪੋਸਟਾਂ ਜੇਲ੍ਹ ਵਿਭਾਗ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ 28 12 28 ਦਸੰਬਰ 2021 ਨੂੰ ਜਿਹੜੀ ਡਾਕੂਮੈਂਟ ਸਿਕਿਉਰਿਟੀ ਨਹੀਂ ਹੈ ਜੀ ਹੋਣ ਵਾਲੀ ਹੈ ਤੇ ਇਹ ਡਾਕੂਮੈਂਟ ਦੇ ਵਿੱਚ ਨੋਟਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਜੀ ਵੀ ਜਿੰਨਾਂ ਜਿੰਨਾਂ ਦੇ ਜਿੱਥੇ ਜਿੱਥੇ ਡਿਊਟੀ ਲੱਗੀ ਹੈ ਉਹਦੀ ਡਿਟੇਲ ਦਿੱਤੀ ਗਈ ਹੈ ਇੱਥੋਂ ਆਪਾਂ 100% ਕਲੀਅਰ ਕਰ ਸਕਦੇ ਹਾਂ ਵੀ ਜਿਹੜੀ ਡਾਕੂਮੈਂਟ ਸਿਕਿਉਰਿਟੀ ਹੈ 28 ਤਰੀਕ ਨੂੰ ਹੋ ਰਹੀ ਹੈ ਹੁਣ ਕਈ ਬੱਚਿਆਂ ਦੇ ਮਨਾਂ ਦੇ ਵਿੱਚ ਹੈ ਜੀ ਵੀ ਕਿਹੜੇ ਕਿਹੜੇ ਡਾਕੂਮੈਂਟ ਸਿਕਿਉਰਿਟੀ ਲਈ ਵਾਸਤੇ ਆਪਾਂ ਨੂੰ ਕਿਹੜੇ ਕਿਹੜੇ ਡਾਕੂਮੈਂਟਾਂ ਲੈ ਕੇ ਜਾਣੇ ਨੇ ਜੀ ਕਿਹੜੇ ਕਿਹੜੇ ਲੈ ਕੇ ਜਾਣੇ ਨੇ ਤੁਹਾਨੂੰ ਉਸ ਦੀ ਡਿਟੇਲ ਦੇ ਰਿਹਾ ਸਭ ਤੋਂ ਪਹਿਲਾਂ ਜੀ 10ਵੀਂ ਦਾ ਸਰਟੀਫਿਕੇਟ ਜ਼ਰੂਰੀ ਹੈ ਜੀ ਸਭ ਲੋਵੇ ਹੋਣਾ ਚਾਹੀਦਾ ਹੈ ਅਸਲੀ ਚਾਹੀਦਾ ਠੀਕ ਹੈ ਜੀ ਇਹ ਜ਼ਰੂਰੀ ਹੈ ਤੇ ਬਾਕੀ ਫੋਟੋਸਟੇਟਾਂ ਜ਼ਰੂਰ ਨਾਲ ਲੈ ਜਾਓ ਤੁਸੀਂ ਫੋਟੋਸਟੇਟਾਂ ਜ਼ਰੂਰੀ ਨੇ 10ਵੀਂ ਤੋਂ ਬਾਅਦ ਆ ਗਿਆ ਜੀ +2 ਦਾ ਸਰਟੀਫਿਕੇਟ ਇਹ ਵੀ ਜ਼ਰੂਰੀ ਹੈ ਜੀ ਪਲੱਸ 2 ਦਾ ਸਰਟੀਫਿਕੇਟ ਹਰੇਕ ਹਰੇਕ ਲਵੇ ਹੋਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਈਟੀਟੀ ਪਾਸ ਦਾ ਸਰਟੀਫਿਕੇਟ ਵੀ ਆਪਣੇ ਲਵੇ ਹੋਣਾ ਚਾਹੀਦਾ ਜੀ ਜਿਹੜੇ ਜਿਹੜੇ ਬੱਚੇ ਈਟੀਟੀ ਪਾਸ ਦਾ ਸਰਟੀਫਿਕੇਟ ਆਪਣੇ ਨਾਲ ਲੈ ਕੇ ਜਾਣ ਉਹ ਜ਼ਰੂਰੀ ਹੈ ਜੀ ਠੀਕ ਹੈ ਤੇ ਨੈਕਸਟ ਆ ਗਿਆ ਜੀ ਗ੍ਰੈਜੂਏਸ਼ਨ ਦਾ ਜੇ ਤਾਂ ਪਾਸ ਕੀਤੀ ਹੋਈ ਹੈ ਤੁਹਾਨੂੰ ਗ੍ਰੈਜੂਏਸ਼ਨ ਬੀਏ ਬੀਸੀ ਐਸਸੀ ਕੁਝ ਵੀ ਮਤਲਬ ਪਾਸ ਕੀਤੀ ਗਈ ਹੈ ਬੀਏ ਤਾਂ ਤੁਸੀਂ ਉਸ ਦੇ ਡੀਐਮਸੀ ਜ਼ਰੂਰ ਨਾਲ ਲੈ ਕੇ ਜਾਣੇ ਨੇ ਤੇ ਉਸ ਤੋਂ ਬਾਅਦ ਨੈਕਸਟ ਕੈਟੇਗਰੀ ਆ ਗਈ ਜੀ ਕੈਟੇਗਰੀ ਦਾ ਮਤਲਬ ਦਾ ਜਾਤੀ ਸਰਟੀਫਿਕੇਟ ਜ਼ਰੂਰ ਨਾਲ ਲੈ ਕੇ ਜਾਣਾ ਹੈ ਮੇਨ ਆ ਗਿਆ ਜੀ ਜਾਤੀ ਸਰਟੀਫਿਕੇਟ ਤੇ ਉਸ ਤੋਂ ਬਾਅਦ ਹੈ ਜੀ ਜੀ ਅਗਲਾ ਸਰਟੀਫਿਕੇਟ ਹੈਗਾ ਜੀ ਬਸਨੀਕ ਮਤਲਬ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਜੀ ਪੰਜਾਬ ਦੇ ਠੀਕ ਹੈ ਜੀ ਆਹ ਜ਼ਿਲ੍ਹੇ ਦੇ ਆ ਪਿੰਡ ਦੇ ਠੀਕ ਹੈ ਜੀ ਤੁਸੀਂ ਰਹਿਣ ਵਾਲੇ ਹੋ ਉਹਦੀ ਡਿਟੇਲ ਦੇ ਇੱਕ ਸਰਟੀਫਿਕੇਟ ਜਿਹਨੂੰ ਰੈਜ਼ੀਡੈਂਸ ਸਰਟੀਫਿਕੇਟ ਵੀ ਕਹਿ ਸਕਦੇ ਆਪਾਂ ਉਹ ਜ਼ਰੂਰੀ ਹੈ ਜੀ ਡੋਮਸਲ ਠੀਕ ਹੈ ਚਾਹੇ ਤੁਸੀਂ ਆਪ ਵੀ ਸਾਈਨ ਕਰਕੇ ਸਰਪੰਚ ਦੇ ਸਾਈਨ ਕਰਵਾ ਕੇ ਵੀ ਤੁਸੀਂ ਲਿਜਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਉਸ ਤੋਂ ਬਾਅਦ ਜੀ ਇਹ ਇੱਕ ਹੋਰ ਆ ਰਿਹਾ ਜੀ ਕੁਝ ਮਤਲਬ ਕੀ ਜਿਹੜੇ ਜਿਹੜੇ ਆ ਤੁਸੀਂ ਇਹ ਤਜਰਬਾ ਸਰਟੀਫਿਕੇਟ ਜਿਹੜੇ ਕੋਲ ਕੁਝ ਮਤਲਬ ਤਜਰਬਾ ਹੈਗਾ ਠੀਕ ਹੈ ਜੀ ਉਹ ਆਪਦਾ ਲਿਜਾ ਸਕਦਾ ਕੋਈ ਵੀ ਵਲੰਟੀਅਰ ਪਰ ਆਪਣੇ ਕੋਈ ਜ਼ਰੂਰੀ ਨਹੀਂ ਹੈਗਾ ਠੀਕ ਹੈ ਤੁਸੀਂ ਮੇਨ ਸਰਟੀਫਿਕੇਟ ਆਹੀ ਛੇ ਨੇ ਇਹ ਜ਼ਰੂਰੀ ਨੇ ਤੁਹਾਨੂੰ ਉਸ ਤੋਂ ਬਾਅਦ ਕੋਈ ਵੀ ਹੋਰ ਯੋਗਤਾ ਤੁਸੀਂ ਉਹ ਵੀ ਲਿਜਾ ਸਕਦੇ ਹੋ ਤੇ ਮੇਨ ਗੱਲ ਆ ਗਈ ਜੀ ਹੁਣ ਜਿਹੜੇ ਜਿਹੜੇ ਸਰਟੀਫਿਕੇਟ ਤੁਹਾਨੂੰ ਜਦੋਂ ਪੋਸਟ ਅਪਲਾਈ ਕੀਤੀ ਸੀ ਜੀ ਉਸ ਟਾਈਮ ਜਿਹੜੇ ਜਿਹੜੇ ਅਪਲੋਡ ਕੀਤੇ ਸੀ ਜੀ ਚਾਹੇ ਤੋਂ ਨੇ ਡਿਟੇਲ ਭਰੀ ਸੀ ਉਹਨਾਂ ਦੀ ਉਹ ਸਾਰੇ ਡਾਕੂਮੈਂਟ ਤਾਂ ਉਹਨੇ ਆਪਦੇ ਨਾਮ ਲੈ ਕੇ ਜਾਣੇ ਨੇ ਤੇ ਉਸ ਤੋਂ ਬਾਅਦ ਆਪਦੀਆਂ ਫੋਟੋਆਂ ਵੀ ਲੈ ਕੇ ਜਾਣੇ ਨੇ ਪਾਸਪੋਰਟ ਸਾਈਜ਼ ਉਹੀ ਫੋਟੋਆਂ ਲੈ ਕੇ ਜਾਓ ਠੀਕ ਹੈ ਜੀ ਜ਼ਰੂਰੀ ਨਹੀਂ ਹੈਗਾ ਜੇ ਤੁਹਾਡੇ ਕੋਲ ਉਹ ਹੀ ਫੋਟੋਆਂ ਨੇ ਜਿਹੜੀਆਂ ਤੁਹਾਨੂੰ ਪੋਸਟ ਭਰਦੇ ਸਮੇਂ ਭਰੀਆਂ ਸੀ ਉਹ ਵੀ ਲਿਜਾ ਸਕਦੇ ਹੋ ਤੇ ਬਾਕੀ ਪੋਸਟਾਂ ਨੇ ਜੇ ਮਤਲਬ ਤੁਹਾਡੇ ਕੋਲ ਫੋਟੋਆਂ ਹੋਰ ਨੇ ਹੋਰ ਵੀ ਲਿਜਾ ਸਕਦੇ ਕੋਈ ਏਡੀ ਦਿੱਕਤ ਵਾਲੀ ਗੱਲ ਨਹੀਂ ਹੈਗੀ ਮੇਨ ਤਾਂ ਜ਼ਿਆਦਾ ਜੀ ਇਹ ਹੀ ਡੀ ਐਮ ਸੀ ਨੇ ਇਹ ਜ਼ਰੂਰ ਆਪਦੇ ਤੁਹਾਨੂੰ ਨਾਲ ਲੈ ਕੇ ਜਾਣੇ ਨੇ ਠੀਕ ਹੈ ਜੀ ਬਾਕੀ ਕਿੱਥੇ ਲੈ ਕੇ ਜਾਣੇ ਨੇ ਫੁੱਲ ਡਿਟੇਲ ਅਗਲੀ ਵੀਡੀਓ ਵਿੱਚ ਦੇ ਦਾਂਗੇ ਤੁਹਾਨੂੰ ਜਦੋਂ ਵੀ ਨੋਟੀਫਿਕੇਸ਼ਨ ਆਉਂਦਾ ਠੀਕ ਹੈ ਜੀ ਤੇ ਇੰਨਾ ਡਾਕੂਮੈਂਟ ਤੋਂ ਇਲਾਵਾ ਤੁਸੀਂ ਮੇਨ ਗੱਲ ਹੈ ਜੀ ਜਿਹੜੀ ਆਧਾਰ ਕਾਰਡ ਦੀ ਠੀਕ ਹੈ ਜੀ ਆਧਾਰ ਕਾਰਡ ਹੋ ਗਿਆ ਆਪਣਾ ਠੀਕ ਹੈ ਜੀ ਪੈਨ ਕਾਰਡ ਹੋ ਗਿਆ ਜੇ ਪੈਨ ਕਾਰਡ ਬਣਿਆ ਹੋਇਆ ਤੁਸੀਂ ਮਤਲਬ ਇਹ ਆਈਡੀ ਪ੍ਰੂਫ ਨੇ ਤੁਹਾਡੇ ਵੋਟਰ ਕਾਰਡ ਹੋ ਗਿਆ ਤੁਸੀਂ ਵੋਟਰ ਕਾਰਡ ਵੀ ਲਿਆ ਸਕਦੇ ਹੋ ਮਤਲਬ ਜਿਹੜੀ ਮੇਨ ਗੱਲ ਹੈ ਜੀ ਤੁਹਾਡੀ ਆਇਡੈਂਟੀਟੀ ਪ੍ਰੂਫ ਦੀ ਉਹ ਜ਼ਰੂਰ ਨਾਲ ਲੈ ਕੇ ਜਾਣੇ ਨੇ ਆਧਾਰ ਕਾਰਡ ਹੋ ਗਿਆ ਤੇ ਪੋਰਟ ਰਕਾਰਡ ਜੇ ਪੈਨ ਕਾਰਡ ਹੈਗਾ ਤਾਂ ਪੈਨ ਕਾਰਡ ਵੀ ਤੁਸੀਂ ਲਿਜਾ ਸਕਦੇ ਹੋ ਮਤਲਬ ਆਪਦੇ ਆਈਡੈਂਟੀਟੀ ਪ੍ਰੂਫ ਵੀ ਤੁਹਾਨੂੰ ਨਾਲ ਲੈ ਕੇ ਜਾਣੇ ਨੇ ਜ਼ਰੂਰ ਜੇ ਮੇਰੇ ਕੋਲੋਂ ਕੋਈ ਵੀ ਡਾਕੂਮੈਂਟ ਰਹਿ ਗਿਆ ਹੋਵੇ ਤਾਂ ਨੀਚੇ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਦੇ ਨੀਚੇ ਤਾਂ ਜੋ ਹੋਰਾਂ ਬੱਚਿਆਂ ਨੂੰ ਵੀ ਪਤਾ ਲੱਗ ਸਕੇ ਤੇ ਮਾਫੀ ਚਾਹੁੰਦੇ ਹਾਂ ਕੋਈ ਵੀ ਜੇ ਸਾਡੇ ਕੋਲ ਗਲਤੀ ਹੋ ਗਈ ਹੋਵੇ ਤੇ ਛੋਟਾ ਵੀ ਸਮਝ ਕੇ ਮਾਫ ਜ਼ਰੂਰ ਕਰ ਦੇਣਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ-ਬਹੁਤ ਧੰਨਵਾਦ